ਮੈਂ ਨਟਵਰ ਲਾਲ ਪੇਸ਼ ਕਰਦਾ ਹਾਂ ਯੂਫੋ ਨਿਊਜ਼ ਤੋਂ ਪੰਜਾਬੀ ਖਬਰਾਂ। ਮੁਕੇਰੀਆਂ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰਦਿਆਂ ਇਸ ਲੜੀ ਤਹਿਤ ਪਿੰਡ ਧਨੋਆ ਵਿੱਚ ਮੀਟਿੰਗ ਰੱਖੀ ਗਈ। ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਲੋਕਾਂ ਦੇ ਹਿੱਤ ਲਈ ਕਾਂਗਰਸ ਦੁਆਰਾ ਸੱਚ ਦੀ ਲੜਾਈ ਲੜੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾਕਟਰ ਕੁਲਦੀਪ ਨੰਦਾ ਅਤੇ ਹੋਰ ਕਾਂਗਰਸੀ ਆਗੂਆਂ ਨੇ ਸੰਬੋਧਨ ਕੀਤਾ। ਪਰ ਮੈਂ ਅਖੀਰ ਵਿੱਚ ਸਮਾਪਤ ਕਰਦਿਆਂ ਕਿ ਭਾਰਤੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਸੀਗੇ। ਬਹੁਤ ਵਧੀਆ ਇਨਸਾਨ ਹੈ ਤੁਸੀਂ ਪਹਿਲਾਂ। ਸੋ ਮੈਂ ਹੋਰ ਕੋਈ ਨਾ ਕਹਿੰਦਾ ਹੋਇਆ ਮੈਂ ਬੇਨਤੀ ਕਰਾਂਗਾ, ਭੈਣਾਂ ਸਾਡੀ ਕਾਫੀ ਗਿਣਤੀ ਵਿੱਚ ਦਹਾਈਆਂ ਜੋ ਕਿ ਸੰਮਤੀ ਮੈਂਬਰ ਤੇ ਅੱਜ ਹਲਕਾ ਮੁਕੇਰੀਆਂ ਦੇ ਵਿੱਚ ਸੱਭਿਆਚਾਰ ਦੀ ਰਹਿਨੁਮਾਈ ਦੇ ਹੇਠ ਸਾਡੇ ਬੱਬੀ ਜੀ ਐੱਮ ਐੱਲ ਏ ਸਾਹਿਬ ਉਹਨਾਂ ਦੀ ਰਹਿਨੁਮਾਈ ਦੇ ਹੇਠ ਅੱਜ ਜੋ ਪ੍ਰਚਾਰ ਹੈ ਉਸਦਾ ਤੀਸਰਾ ਦੌਰ ਜੋ ਮੁਕੇਰੀਆਂ ਦੇ ਵਿੱਚ ਚੱਲ ਰਿਹਾ ਔਰ ਮੁਕੇਰੀਆਂ ਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਬਿਲਕੁਲ ਇੱਕਜੁੱਟ ਸਾਰਾ ਵਰਕਰ ਸਾਡੇ ਸੰਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਔਰ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰਸ ਨੇ ਸਾਰੀਆਂ ਟੀਮਾਂ ਜਿਹੜੀਆਂ ਉਹ ਡੋਰ ਟੂ ਡੋਰ ਪ੍ਰਚਾਰ ਔਰ ਸਾਡੀ ਮੀਟਿੰਗਸ ਹੋ ਰਹੀਆਂ ਔਰ ਰੋਡ ਸ਼ੋਅ ਹੋ ਰਹੇ ਉਸਦੇ ਵਿੱਚ ਸਾਰੀਆਂ ਟੀਮਾਂ ਬੜੇ ਉਤਸ਼ਾਹ ਦੇ ਨਾਲ ਭਾਗ ਲੈ ਰਹੀਆਂ ਔਰ ਮੈਨੂੰ ਪੂਰੀ ਆਸ ਹੈ ਕਿ ਹਲਕਾ ਮੁਕੇਰੀਆਂ ਦੇ ਵਿੱਚ ਜਿਸ ਤਰ੍ਹਾਂ ਦਾ ਵਰਕਰਸ ਦਾ ਉਤਸ਼ਾਹ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਸਾਡੀ ਪਾਰਟੀ ਜਿਹੜੀ ਹੈ ਇਸ ਹਲਕੇ ਤੋਂ ਵੀ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਦਰਜ ਕਰੇਗੀ। ਸਰ ਹੁਣ ਤੱਕ ਕਿੰਨੇ ਪਿੰਡ ਤੁਸੀਂ ਕਵਰ ਕਰ ਲਏ? ਲਗਭਗ ਸਾਡਾ 3/4 ਲੋਕ ਸਭਾ ਹਲਕਾ ਜਿਹੜਾ ਉਹ ਕਵਰ ਹੋ ਚੁੱਕਾ ਔਰ ਜਿਹੜਾ 1/4 ਉਹ ਮੇਰੇ ਖਿਆਲ ਆਉਂਦੇ 3-4 ਦਿਨ ਦੇ ਵਿੱਚ ਅਸੀਂ ਕਵਰ ਕਰ ਲਵਾਂਗੇ ਔਰ ਬਹੁਤ ਵਰਕਰਸ ਦਾ ਜੋ ਰਿਸਪੋਂਸ ਹੈ ਜੋ ਵੋਟਰਸ ਦਾ ਰਿਸਪੋਂਸ ਹੈ ਲੋਕ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਖੁਸ਼ ਨੇ ਔਰ ਲੋਕ ਅੱਜ ਯਾਦ ਕਰ ਰਹੇ ਨੇ ਡਾਕਟਰ ਮਨਮੋਹਨ ਸਿੰਘ ਦੀਆਂ UPA ਸਰਕਾਰ ਦੀਆਂ ਕਾਰਗੁਜ਼ਾਰੀਆਂ ਨੂੰ ਔਰ ਉਹਨਾਂ ਕਾਰਗੁਜ਼ਾਰੀਆਂ ਨੂੰ ਯਾਦ ਕਰਦੇ ਹੋਏ ਔਰ ਮੋਦੀ ਦੀਆਂ ਨੀਤੀਆਂ ਨੂੰ ਪਛਾੜਦੇ ਹੋਏ ਨਕਾਰਦੇ ਹੋਏ ਮੈਨੂੰ ਪੂਰੀ ਆਸ ਹੈ ਕਿ ਕਾਂਗਰਸ ਪਾਰਟੀ ਤੋਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਬਹੁਤ ਵੱਡੇ ਫਰਕ ਦੇ ਨਾਲ ਜਿੱਤ ਦਰਜ ਹੋਈ। ਥੈਂਕ ਯੂ।